ਉਹਨੇ ਤਾਂ ਲਿਆ ਸੀ ਉਡਾ ਦੇ ਬਾਬਾ ਜੀ ਇੱਕ ਮਿੰਟ ਜੀ ਬਾਬਾ ਜੀ ਅਸੀਂ ਆ ਮੁਰਗਾ ਵੇਚਦੇ ਪਏ ਹਾਂ ਠੀਕ ਹੈ ਸਰਗਾ ਜਿਹਾ ਸਰਗਾ ਹੀ ਹੈ ਨਾ ਜੀ ਇਹ ਕਿੰਨੇ ਦਾ ਲਿਆ ਤੁਸੀਂ ਵੀਹ ਹਜ਼ਾਰ ਦਾ ਲਿਆ ਤਪਾ ਕੇ ਲਿਆ ਕਿ ਐਵੇਂ ਲਿਆ ਐਵੇਂ ਲਿਆ ਤਪਾਇਆ ਤਪੂਇਆ ਕੌਣ ਹੈਗਾ ਇਹ ਤੁਸੀਂ ਵੇਚਣਾ ਜੇ ਨਹੀਂ ਅਜੇ ਤਾਂ ਵੇਚਣਾ ਨੀ ਕਿਸੇ ਤੱਕ ਤਪਾਵਾਂਗੇ ਪਤਾ ਨਾ ਲੱਗੇਗਾ ਖਰੇ ਚਾਰ ਹਜ਼ਾਰ ਦਾ ਵੀ ਨਾ ਵੇਚੇਗਾ ਅੱਛਾ ਤੁਸੀਂ ਫਿਰ ਕਿਉਂ ਲਿਆ 20000 ਦਾ ਬਗੈਰ ਤਪਾਈ ਸੀ ਇਹ ਵੇਖ ਬੁੱਤ ਕਦ ਵੇਖਦੇ ਲਿਆ ਬੁੱਤ ਕਦ ਵੇਖਦਾ ਪੱਠਾ ਹੈ ਇਹ ਅੱਛਾ ਮੇਰਾ ਮਤਲਬ ਵੀ ਇੰਨਾ ਹੈ ਨੇ ਹੋਰ ਕਦ ਕਰਨਾ ਅੱਛਾ ਤੇ ਚੰਗਾ ਲੱਕ ਜਿਹੜਾ ਕੁੱਕੜ ਹੋ ਗਿਆ ਸੀ ਦੋ ਗੇਟ ਚਾ ਚੱਪਾ ਹਾਂਜੀ ਚੱਪੇ ਦੇ ਵਿੱਚ 6 ਉਂਗਲਾਂ ਹੋ ਜਾਵੇ ਦੋ ਜਾਵੇ ਸਹੀ ਇਹਨੂੰ ਹੇਠਾਂ ਸਾੜ ਦੇਵਾਂ ਮੈਨੂੰ ਪਰਵਾਹ ਨਹੀਂ ਉੱਤੇ ਸਾੜ ਦੇਵਾਂ ਤੂੰ ਮੈਨੂੰ ਪਰਵਾਹ ਅੱਛਾ ਸਹੀ ਇਹਨੂੰ ਤਾਂ ਪਾਉਣਾ ਹੈ ਉਸੇ ਨਾਲ ਜੀ ਬਾਬਾ ਜੀ ਸੋਹਣਾ ਤਪ ਗਿਆ ਤੇ ਫਿਰ ਕਿੰਨੇ ਦਾ ਕੁੱਕੜ ਹੋ ਗਿਆ ਸੀ ਯਾਰ ਮੋੜ ਕੋਈ ਦਿੰਦਾ ਹੀ ਨਹੀਂ ਨਹੀਂ ਫਿਰ ਵੀ ਤਪ ਜਾਵੇ ਤੇ ਦਿੰਦਾ ਹੀ ਕੋਈ ਨਹੀਂ ਤੁਹਾਨੂੰ ਕਹਵੇ ਕਿ ਲੱਖ ਲੈ ਲਓ ਲੱਖ ਦਾ ਤੇ ਵੀ ਕੇ ਕਰਨ ਦੋ ਤੈਨੂੰ ਵਿਖਾ ਲਿਆ ਤੂੰ ਅੱਛਾ ਤਿੰਨ ਨੰਬਰ ਆਏ ਕਰਨ ਤੇ ਲੱਖ ਲੱਖ ਲੈ ਸਹੀ ਪੰਜਾਂ ਮਿੰਟਾਂ 'ਚ ਕੋਈ ਵੱਧ ਦੇ ਪੈਣ ਤੇ ਬਾਬਾ ਜਿਹੜਾ ਚੂਚਾ ਹੈਗਾ ਉਹ ਨਿੱਕਾ ਜਿਹੜਾ ਚੂਚਾ ਉਹ ਆਉਂਦਾ ਪਿਆ ਕਿੰਨੇ ਪੈਸੇ ਲੈਣੇ ਨੇ ਜੀ ਇਹਦੇ ਚੂਚੇ ਦੇ ਮੈਨੂੰ 6000-7000 ਲਾਉਣੇ ਮੈਂ ਨਹੀਂ ਲੈਣੇ ਹਾਂ ਇੱਥੇ ਦੇਣਾ ਕਿੰਨੇ ਦਾ ਜੀ ਆਉਣਾ ਨਿੱਕਾ ਚੂਚਾ ਆਹ ਚੂਚਾ ਜਿਹੜਾ ਆ ਆਇਆ ਖਲੈ ਇਹ ਮੈਂ ਨਹੀਂ ਦੇਣਾ ਮੈਂ ਮੈਨੂੰ ਲੱਖ ਵੀ ਦੇ ਇਹ ਕਿਉਂ ਨਹੀਂ ਤੁਸੀਂ ਦੇਣਾ ਜੀ ਲੱਖ ਦਾ ਵੀ ਮੇਰਾ ਇਹਦਾ ਪਿਓ ਜਿਹੜਾ ਹੈ ਨਾ ਇਹ ਡੋਲੀ ਫੋੜ ਲੈਂਦੇ ਉਹਦੇ ਨਾਲ ਕੁੱਕੜ ਹੀ ਨਹੀਂ ਲੱਗਦਾ ਸੀ ਇਹਦੇ ਪਿਓ ਨੂੰ ਅੱਛਾ ਤੇ ਪਿਓ ਨਾਲ ਕੋਈ ਕੁੱਕੜ ਨਹੀਂ ਲੱਗਦਾ ਲੱਗਦਾ ਸੀ ਜੇ ਤੁਹਾਨੂੰ ਇਸ ਦੀਏ ਪੈਸੇ ਤਾਂ ਲੈ ਲਓ ਸਾਡੇ ਕੋਲੋਂ ਮਗਨ ਦੇਣਾ ਨਹੀਂ ਹੈ ਜਿਸ ਵੇਲੇ ਗੱਲ ਹੀ ਹੈ 50000 ਦਾ ਵੀ ਨਹੀਂ ਦੇਣਾ ਨਹੀਂ ਦੇਣਾ ਲੱਖ ਦਾ ਵੀ ਨਹੀਂ ਦੇਣਾ ਨਹੀਂ ਦੇਣਾ ਬਾਬੇ ਨਿੱਕਾ ਜਿਹਾ ਚੂਚਾ ਹੈਗਾ ਜੀ ਬਾਵੇਂ ਆਂਡੇ 'ਚ ਨਿਕਲਦਾ ਪਿਆ ਅੱਛਾ ਜੀ ਇਹਦੀ ਮਾਂ ਤਾਂ ਚੀਨੀ ਜੇ ਅਸੀਂ ਵੇਖ ਲਈ ਪਹਿਲੇ ਉਹ ਇਹਦੀ ਮਾਂ ਹੈ ਜੀ ਇਹਦੀ ਮਾਂ ਸੱਕੀ ਸੱਕੀ ਇਹਦੀ ਮਾਂ ਸਹੀ ਉਹ ਫਿਰ ਆਉਣਾ ਦੁਬਾਰਾ ਆਉਂਦੀ ਪਈ ਹੈ ਇਹ ਦੋ ਦੋ ਹੀ ਜੋੜੀਆਂ ਕੱਢੇ ਇੱਕ ਜੋੜੀ ਉਹ ਇੱਕ ਜੋੜੀ ਆ ਚਲੋ ਜੀ ਅੱਲਾ ਭਾਗ ਤੁਹਾਡਾ ਸ਼ੌਂਕ ਬਾਬਾ ਜੀ ਸਲਾਮਤ ਰੱਖੇ ਜੀ ਤਰ੍ਹਾਂ ਬਣੇਗਾ ਅੱਲਾ ਦੇ ਹੋਇਆ ਜੀ ਅੱਛਾ ਇਹ ਦੱਸੋ ਇਹਦਾ ਜਿਹੜਾ ਪਿਓ ਸੀ ਉਹਦੇ ਨਾਲ ਕੋਈ ਤਪਦਾ ਹੀ ਨਹੀਂ ਹੁੰਦਾ ਸੀ ਮੁਰਗਾ ਤਪਦਾ ਨਹੀਂ ਉਹ ਮਰ ਗਿਆ ਹੁਣ ਉਹ ਮਰ ਗਿਆ ਉਹ ਕਾੜੇ ਵਾਲੇ ਲੈ ਗਏ ਉਹ ਕਾੜੇ ਵਾਲੇ ਲੈ ਗਏ ਸਾਨੂੰ